ਸਸਿਕਾ ਦੋਸਤੋ ਜਿੱਦਾਂ ਕਿ ਤੁਸੀਂ ਬਹੁਤ ਵੀਡੀਓ ਦੇਖ ਲਿਆ ਹੋਣੀ ਹੈ ਕਿ ਇਟਲੀ ਦੇ ਪੇਪਰ ਨਿਕਲਨੇ ਸਟਾਰਟ ਹੋ ਚੁੱਕੇ ਨੇ 2023 ਵਾਲੇ ਜਿਹਨਾਂ ਨੇ 27 ਮਾਰਚ ਨੂੰ ਅਪਲਾਈ ਕੀਤੇ 2022 ਦੇ ਵੀ ਨਿਕਲਦੇ ਪਏ ਨੇ ਜਿਨ੍ਹਾਂ ਜਿਨ੍ਹਾਂ ਦੇ ਕੋਲ ਸੀਗੀ ਕਿਸਮਤ ਸੀਗੀ ਠੀਕ ਹੈ ਤੇ ਆਪਾਂ 23 ਵਾਲੇ ਦੀ ਗੱਲ ਕਰਦੇ ਆ ਤਾਂ ਬਹੁਤਿਆਂ ਦੇ ਪੇਪਰ ਨਿਕਲ ਚੁੱਕੇ ਨੋਲਿਵਸ ਤੇ ਆ ਚੁੱਕੇ ਆ ਤਾਂ ਇੱਕ ਪ੍ਰੋਬਲਮ ਵੀ ਆ ਰਹੀ ਹੈ ਕਿਉਂਕਿ ਜਿਹੜੇ ਪਹਿਲਾਂ ਤਾਂ ਸਲੀਪ ਆ ਸੀਗਾ ਮੈਂ ਬਹੁਤ ਵੀਡੀਓ ਚ ਕਹਾਂ ਕਿ ਸਲੀਪ ਆ ਫੇਕ ਆ ਰਹੀਆਂ ਨੇ ਤੇ ਬਹੁਤ ਭਰਾਵਾਂ ਨੇ ਸਾਡੇ ਵੀਡੀਓ ਦੇਖ ਕੇ ਸਾਨੂੰ ਇੰਸਟਾਗ੍ਰਾਮ ਤੇ ਸੈਂਡ ਕਰਿਆ ਸੀਗੀਆਂ ਤੇ ਬਹੁਤ ਫੇਕ ਸੀਗੀਆਂ ਤੁਸੀਂ ਸ਼ੇਅਰ ਤੇ ਵੀ ਜੇ ਸਕਦੇ ਮੈਂ ਸ਼ੇਅਰ ਤੇ ਵੀ ਦਿਖਾ ਦਿੰਦਾ ਜੋ ਜੋ ਸਾਨੂੰ ਕੋ ਕੁਸ਼ਨ ਸਲੀਪ ਆ ਫੇਕ ਆਈਆਂ ਨੇ ਠੀਕ ਹੈ ਲਾ ਲਓ 10 ਵਿੱਚੋਂ 7-8 ਜਿਹੜੀ ਸਲੀਪ ਆ ਫੇਕ ਨਿਕਲਦੀ ਆ ਪਈਆਂ ਨੇ ਤੇ ਹੁਣ ਜਿਹੜੀ ਪ੍ਰੋਬਲਮ ਆ ਰਹੀ ਏ ਕਿ ਨੌਨਲੇ ਉਸਤੇ ਵੀ ਫੇਕ ਬਣਾਉਂਦੇ ਪਏ ਨੇ ਪਤਾ ਨਹੀਂ ਕਿਉਂ ਆਈ ਥਿੰਕ ਉਹਨਾਂ ਦੀ ਇੱਕ ਹੋ ਸਕਦਾ ਕਿ ਜਿੱਦਾਂ ਲਾਡੋ ਆਪਾਂ ਪੇਪਰ ਅਪਲਾਈ ਕਰਦੇ ਆਪਾਂ ਕਹਿੰਦੇ ਕਿ ਜਦੋਂ ਨੌਨਲਾ ਤੋ ਤਾਂ ਕਰਕੇ ਨੋਲੋਸ ਤੇ ਫੇਕ ਬਣਾ ਰਿਆ ਜਿਨ੍ਹਾਂ ਨੇ ਇਹ ਗੱਲ ਕੀਤੀ ਹੋਏਗੀ ਤੇ ਨੋਲੋਸ ਤਾਂ ਦੇਖਦੇ ਨੇ ਜਿਹੜਾ 6-7 ਲੱਖ ਜਾਂ 10 ਲੱਖ ਆ ਜਦੋਂ ਏਜੰਟ ਦੀ ਅਕਾਊਂਟ ਵਿੱਚ ਪਹੁੰਚ ਜਾਂਦਾ ਤੇ ਜੱਟ ਫਿਰ ਦੌੜ ਜਾਂਦਾ ਹੋਣਾ ਠੀਕ ਹੈ ਇਹੀ ਗੱਲ ਹੋ ਸਕਦੀ ਕਿ ਕੋਈ ਹੋਰ ਕੋਈ ਹੈਥ ਹੈ ਨਹੀਂ ਕਿ ਫੇਕ ਬਣਾ ਦਾ ਕੀ ਚੱਕਰ ਹੈ ਤੇ ਨੋਲਿਓਸ ਤੇ ਵੀ ਫੇਕ ਆਂਦੇ ਪਏ ਨੇ ਤੇ ਆਪਣਾ ਨੋਲੋਸ ਤਾਂ ਸਿਰਫ ਤੁਸੀਂ ਐਮਬੈਸੀ ਰਾਹੀਂ ਚੈੱਕ ਕਰਾ ਸਕਦੇ ਹੋ ਜਦੋਂ ਨੋਲੋਸ ਤਾਂ ਆਂਦਾ ਹੈ 14 ਦਿਨ ਬਾਅਦ ਐਮਬੈਸੀ 'ਚ ਫੋਨ ਕਰੋ ਤੇ ਉਹਨਾਂ ਨੂੰ ਪੁੱਛੋ ਕਿ ਮੇਰਾ ਨੋਲੋਸ ਤਾਂ ਆਇਆ ਹੈ ਅਪਗ੍ਰੇਡ ਹੋਇਆ ਜਾਂ ਨਹੀਂ ਅਪਗ੍ਰੇਡ ਦਾ ਮਤਲਬ ਕਿ ਉਹਨਾਂ ਤੁਹੋ ਚੈੱਕ ਕਰ ਸਕਦੇ ਨੇ ਕਿ ਉਹ ਦੱਸ ਸਕਦੇ ਹਾਂ ਤੇਰੇ ਨਾਮ ਦਾ ਨੂਲਾਸਤਾ ਆ ਚੁੱਕਾ ਹੈ ਤੇ ਆਪਣੇ ਪੇਪਰ ਲੈ ਕੇ ਇੱਥੇ ਆ ਜਾ ਤੇ ਤੁਸੀਂ ਆਪਣੇ origignal ਨੂਲਾਸਤਾ ਲੈ ਕੇ ਫਿਰ ਐਮਬੈਸੀ ਵਿੱਚ ਜਾਣਾ ਹੁੰਦਾ ਸਾਰੇ ਪੇਪਰ ਲੈ ਕੇ ਜਿਹੜੇ ਚਾਹੀਦੇ ਹੁੰਦੇ ਨੇ ਠੀਕ ਹੈ ਤੇ ਜੇ ਨੂਲਾਸਤਾ ਅਪਡੇਟ ਨਹੀਂ ਹੋਇਆ ਹੈਗਾ ਤੇ ਉਹ ਫੇਕ ਹੋ ਸਕਦਾ ਥੋੜਾ ਟਾਈਮ ਜ਼ਿਆਦਾ ਵੇਟ ਕਰਿਓ ਲਾਲੋ ਨੂਲਾਸਤਾ 6 ਮਹੀਨਾ ਦਾ ਵੈਲਿਡ ਹੁੰਦਾ ਤੇ 1 ਮਹੀਨਾ ਬਾਅਦ ਫੋਨ ਕਰਕੇ ਪੁੱਛ ਸਕਦੇ ਹੋ ਕਿ ਆਇਆ ਨਹੀਂ ਆਇਆ ਜੇ 1 ਮਹੀਨਾ ਬਾਅਦ ਵੀ ਨਹੀਂ ਆਇਆ ਤਾਂ ਮਤਲਬ ਕਿ ਉਹ ਫੇਕ ਹੈ ਤੇ ਤੁਹਾਨੂੰ ਉਹ ਵੀ ਦੱਸ ਦੇਣਗੇ ਕਿ ਹਾਂ ਤੇਰੇ ਬਾਰੇ ਇਦਾਂ ਦੇ ਪੇਪਰ ਪਲਾਈ ਹੋਏ ਜਾਂ ਨਹੀਂ ਹੋ ਇਸ ਤੋਂ ਜਾਜ਼ੀ ਪ੍ਰੋਬਲਮ ਨਾ ਆਵੇ ਤੇ ਸਾਨੂੰ ਵੀ ਸੈਂਡ ਕਰ ਸਕਦੇ ਹੋ ਸਲੀਪਾ ਅਨੁਲਾਸਤਾ ਦਾ ਕਿਉਂਕਿ ਜ਼ਿਆਦਾਤਰ ਇਹਨਾਂ ਚੈੱਕ ਕਰ ਨਹੀਂ ਪਤਾ ਲੱਗਦਾ ਕਿ ਫੇਕ ਹੈ ਜਾਂ 오ਰੀਜਨਲ ਫੇ ਵੀ ਆਪਾਂ ਟਰਾਈ ਕਰ ਸਕਦੇ ਹਾਂ ਜੇ ਤੁਹਾਡੇ ਕੋਲ ਪੇਪਰ ਹੈਗਾ ਅਨੁਲਾਸਤਾ ਤਾਂ ਆਪਾਂ ਦੇਖ ਕੇ ਦਾ ਸ਼ਾਇਦ ਦਾ ਸਕਦੇ ਤੇ ਫੇਕ ਜਾਂ 오ਰੀਜਨਲ ਸਲੀਪਾ ਦਾ ਮੈਂ ਦੱਸ ਸਕਦਾ ਕਿ ਫੇਕ ਜਾਂ 오ਰੀਜਨਲ ਹੈ ਉਹਨਾਂ ਦੀ ਇਹਨੀ ਕਿ ਜਾਣਕਾਰੀ ਸਾਨੂੰ ਹੁਣ ਆ ਚੁੱਕੀ ਹੈ ਸੋ ਤੇ ਵੀਡੀਓ ਵਧੀਆ ਲੱਗੇ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਜਿਨ੍ਹਾਂ ਨੇ 9 ਮੰਥ ਵਾਲੇ ਵਾਲੇ ਪੇਪਰ ਭਰੇ ਜਾਂ 1 ਸਾਲ ਵਾਲੇ ਪੇਪਰ ਭਰੇ ਆ ਇੱਕ ਸਾਲ ਵਾਲਾ ਮਤਲਬ ਜਿੱਥੇ ਤੁਹਾਡੀ ਸਲਿੱਪ ਦੇ ਵਿੱਚ B2020 ਲਿਖਿਆ ਹੋ ਪੱਕੇ ਪੇਪਰ ਹੁੰਦੇ ਲਾ ਲਓ ਇੱਕ ਸਾਲ ਵਾਲੇ ਹੁੰਦੇ ਨੇ ਤੇ ਜਿੱਥੇ ਮੋਦੇਲ C ਲਿਖਿਆ ਹੁੰਦਾ ਉਹ ਨੋਮੈਂਥਲੇ ਪੇਪਰ ਹੁੰਦੇ ਆ ਆਪਣੀ ਸਲਿੱਪ ਚੈੱਕ ਕਰ ਲਿਓ ਠੀਕ ਹੈ ਸੋ ਮਿਲ ਜਾਈਏ ਨੈਕਸਟ